ਖੰਨਾ ਦੇ ਪਿੰਡ ਗੱਗੜ ਮਾਜਰਾ ਦੇ ਵਿੱਚ ਵਸੇ ਪਰਿਵਾਰ ਦੇ ਲਈ ਇਟਲੀ ਤੋਂ ਬੇਹੱਦ ਮੰਦਭਾਗੀ ਖਬਰ ਸਾਹਮਣੇ ਆਈ ਹੈ। ਪਰਿਵਾਰਕ ਮੈਂਬਰ ਕੁਲਵੰਤ ਸਿੰਘ ਉਮਰ 38 ਸਾਲ ਦੀ ਵਿਦੇਸ਼ ਦੇ ਵਿੱਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਹੈ ਅਤੇ ਉਸਦਾ ਇੱਕ ਦੋਸਤ ਜਸਪ੍ਰੀਤ ਸਿੰਘ ਉਮਰ 42 ਸਾਲ ਵਾਸੀ ਪਿੰਡ ਹਰਲਾਲਪੁਰ ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ। ਦੋਵੇਂ ਕਾਰ ਦੇ ਵਿੱਚ ਸਵਾਰ ਹੋ ਕੇ ਕੰਮ ਤੋਂ ਘਰ ਜਾ ਰਹੇ ਸਨ ਜਦੋਂ ਇਹਨਾਂ ਦੇ ਨਾਲ ਇਟਲੀ ਦੇ ਵਿੱਚ ਇਹ ਮੰਦਭਾਗੀ ਘਟਨਾ ਵਾਪਰੀ ਹੈ। ਕਿਹਾ ਜਾ ਰਿਹਾ ਕਿ ਬੇਕਾਬੂ ਹੋ ਕੇ ਪਹਿਲਾਂ ਕਾਰ ਪਲਟੀ ਅਤੇ ਫਿਰ ਖੰਭੇ ਦੇ ਨਾਲ ਜਾ ਟਕਰਾਈ। ਮ੍ਰਿਤਕ ਕੁਲਵੰਤ ਸਿੰਘ ਕਰੀਬ 15 ਸਾਲ ਪਹਿਲਾਂ ਆਪਣੇ ਚੰਗੇ ਭਵਿੱਖ ਦੇ ਲਈ ਵਿਦੇਸ਼ ਗਿਆ ਸੀ ਜੋ ਕਿ ਕਦੇ ਕਦੇ ਆਪਣੇ ਪਰਿਵਾਰ ਨੂੰ ਮਿਲਣ ਦੇ ਲਈ ਪੰਜਾਬ ਵੀ ਆਉਂਦਾ ਸੀ ਤੇ ਉਸਦਾ ਬੱਚਾ ਤੇ ਪਤਨੀ ਉਸਦੇ ਨਾਲ ਇਟਲੀ ਦੇ ਵਿੱਚ ਰਹਿੰਦੇ ਸੀ। ਪਰ ਕੁਲਵੰਤ ਸਿੰਘ ਦਾ 2.5 ਸਾਲ ਦਾ ਬੇਟਾ ਜਿਸਦੇ ਸਿਰ ਤੋਂ ਹੁਣ ਪਿਓ ਦਾ ਸਾਇਆ ਉੱਠ ਚੁੱਕਾ ਹੈ। ਇਸ ਘਟਨਾ ਤੋਂ ਬਾਅਦ ਜਿੱਥੇ ਕੁਲਵੰਤ ਸਿੰਘ ਦੇ ਘਰ ਦੇ ਵਿੱਚ ਸੋਗ ਦੀ ਲਹਿਰ ਹੈ ਉੱਥੇ ਹੀ ਭਰਾ ਸੁਖਜਿੰਦਰ ਸਿੰਘ ਦਾ ਕਹਿਣਾ ਹੈ ਕਿ ਇਟਲੀ ਦੇ ਵਿੱਚ ਹੀ ਕੁਲਵੰਤ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਕੀ ਨਾਮ ਤੁਹਾਡਾ? ਮੇਰਾ ਨਾਮ ਸੁਖਜਿੰਦਰ ਸਿੰਘ ਹੈ। ਤੇ ਕੁਲਵੰਤ ਸਿੰਘ ਕੀ ਲੱਗ ਤੁਹਾਡੇ? ਮੇਰੇ ਭਰਾ ਨੇ। ਕਿਸ ਤਰ੍ਹਾਂ ਹੋਇਆ ਇਟਲੀ ਕਿ ਕੋਈ ਪਤਾ ਲੱਗਿਆ ਫੋਨ ਤੇ ਕੀ ਗੱਲਬਾਤ ਹੋਈ? ਹਾਂ ਜੀ, ਮੈਂ ਕੇਸ ਐਕਸੀਡੈਂਟ ਕੇਸ ਹੋਇਆ। ਤੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਉੱਥੋਂ? ਸਾਨੂੰ ਫੋਨ ਆਇਆ ਜੀ, ਲੱਗਿਆ ਪਤਾ ਵੀ ਐਕਸੀਡੈਂਟ ਹੋਇਆ ਕਿਵੇਂ ਜੀ ਜਾਂ ਕਿਵੇਂ ਕਿੱਥੋਂ ਆ ਰਹੇ? ਹਾਂ ਜੀ, ਆਪੇ ਕੰਮ ਤੋਂ ਆਉਂਦੀ ਤੀ ਅਤੇ ਰਸਤੇ 'ਚ ਗੱਡੀ ਨਾਲ ਮੁਫੇਟ ਹੋ ਗਈ ਬਸ ਜੀ। ਉਹ ਜਾ ਕੇ ਇਹਨਾਂ ਦੀ ਗੱਡੀ ਖੰਭੇ 'ਚ ਲੱਗ ਗਈ ਅਤੇ 5-10 ਮਿੰਟ ਬਾਅਦ ਬਸ ਪਤਾ ਲੱਗ ਗਿਆ ਇਹਨਾਂ ਨੂੰ ਘਰ ਪਰਿਵਾਰ ਨੂੰ। ਕਿੰਨਾ ਚਿਰ ਪਹਿਲਾਂ ਗਏ ਸੀ ਕੁਲਵੰਤ ਸਿੰਘ ਜੀ? 1.5 ਮਹੀਨਾ ਹੋਇਆ ਜੀ। ਅਤੇ ਪਰਿਵਾਰ ਉੱਥੇ ਰਹਿੰਦਾ ਹੁੰਦਾ ਜੀ? ਹਾਂ ਜੀ, ਉੱਥੇ ਦੀ ਪਰਿਵਾਰ ਤਾਂ। ਇੱਥੇ ਕੌਣ ਕੌਣ ਰਹਿੰਦੇ ਨੇ ਜੀ? ਇੱਥੇ ਮੇਰੀ ਮਾਤਾ ਨੇ, ਡੈਡੀ ਨੇ, ਡੈਡੀ ਤਾਂ ਗੁਜਰੇ ਹੋਏ ਅਤੇ ਤਾਇਆ ਜੀ ਨੇ, ਬਾਕੀ ਹੋਰ ਸਾਰੇ ਮੇਰੀ ਫੈਮਿਲੀ ਸਾਰੇ ਉਰੇ ਰਹਿੰਦੇ ਨੇ। ਭਰਾ ਨਾਲ ਕਦੋਂ ਕੋਈ ਐਕਸੀਡੈਂਟ ਤੋਂ ਪਹਿਲਾਂ ਕਦ ਗੱਲ ਹੋਈ ਸੀ ਭਰਾ ਨਾਲ ਤੁਹਾਡੀ ਫੋਨ 'ਤੇ ਜਾਂ ਘਰੇ ਗੱਲ ਹੋਈ ਹੋਵੇ ਕਿਸੇ ਨਾਲ ਜੀ? ਉਹਨਾਂ ਦਾ ਹੀ ਫੋਨ ਆਇਆ ਜੀ ਪਰਸੋਂ ਜੀ। ਉਹਨਾਂ ਨੇ ਮੇਰੇ ਕੋਲ, ਮੇਰੇ ਕਿਹੜਾ ਭਰਾ ਦੂਏ ਕਨੇਡਾ 'ਚ ਰਹਿੰਦੇ ਨੇ, ਉਹ ਮੇਰੀ ਕਿਹੜੀ ਸਿਸਟਰ ਆ, ਆਪਣੀ ਭੈਣ ਆ ਮੇਰੀ, ਉਹਨਾਂ ਨੇ ਉਹਨੂੰ, ਮੇਰੇ ਚਾਚਾ ਜੀ ਮੁੰਡੇ ਨੇ ਕਿਹੜੇ, ਉਹਨਾਂ ਨੂੰ ਫੋਨ ਕੀਤਾ ਅਤੇ ਉਹਨੇ ਮੈਨੂੰ ਸਾਜਰੇ 8 ਵਜੇ ਮੈਨੂੰ ਫੋਨ ਕਰਤਾ ਵੀ ਘਰ ਨਾ ਦੱਸੀ ਤੂੰ, ਇੱਕ ਨਿਕਣ ਗੱਲ ਹੋ ਗਈ। 1.5 ਮਹੀਨੇ ਪਹਿਲਾਂ ਜਦੋਂ ਛੁੱਟੀ ਆਈ ਸੀ ਉੱਥੋਂ ਤਾਂ ਕਿੰਨਾ ਸਮਾਂ ਘਰ ਬਿਤਾ ਕੇ ਗਏ ਸੀ? ਉਹਦੇ 3 ਮਹੀਨੇ ਲੱਗ ਗਏ ਸੀ। ਕੋਈ ਐਕਸੀਡੈਂਟ ਤੋਂ ਪਹਿਲਾਂ ਪਰਿਵਾਰ ਨਾਲ ਗੱਲਬਾਤ ਜਿਵੇਂ ਆਮ ਰੂਟੀਨ 'ਚ ਹੁੰਦੀ ਰਹਿੰਦੀ, ਕਦੇ ਕਦੋਂ ਕੋਈ ਫੋਨ ਆਇਆ ਸੀਗਾ ਜੀ? ਫੋਨ ਤਾਂ ਰੋਜ਼ ਹੀ ਆਉਂਦੇ ਸੀ। 1 ਦਿਨ ਪਹਿਲਾਂ ਹੀ ਹੁੰਦੇ ਜੀ? ਹਾਂ ਜੀ, ਫੋਨ ਤਾਂ ਰੋਜ਼ ਹੀ ਕਰਦੇ ਸੀ, ਆਸ ਇਹੋ ਜਿਹੀ ਕੋਈ ਗੱਲਬਾਤ ਹੀ ਨਹੀਂ ਸੀ ਵੀ ਇੱਕਣ ਹੋ ਜਾਣਗੇ। ਉਹਨਾਂ ਦੇ ਪਰਿਵਾਰ 'ਚ ਉੱਥੇ ਕੌਣ ਕੌਣ ਆ ਜੀ ਇਟਲੀ? ਇਟਲੀ ਦੇ ਆਪਣੇ ਇਹਨਾਂ ਦੇ ਲੜਕਾ ਦੀ ਇਹਨਾਂ ਦੇ ਘਰ ਦੇ ਅਤੇ ਤਿੰਨੇ ਹੀ ਅਤੇ ਕੁਲਵੰਤ ਸਿੰਘ ਜੀ, ਬਾਕੀ ਮੇਰੀ ਭੈਣ ਆ, ਆਪਣਾ ਪ੍ਰਾਹੁਣਾ ਜੀ, ਬਾਕੀ ਉਹਦੇ ਜਵਾਕ ਨੇ, ਇਕੱਠੇ ਹੀ ਰਹਿੰਦੇ ਸੀ। ਪੱਕੇ ਉੱਥੇ? ਹਾਂ ਜੀ, ਹਾਂ ਜੀ, ਪੱਕੇ ਨੇ। ਹੁਣ ਕਿਸ ਤਰ੍ਹਾਂ ਵਿਚਾਰ ਚੱਲ ਰਿਹਾ ਜੀ ਅੰਤਿਮ ਸੰਸਕਾਰ ਦਾ, ਕੋਈ ਗੱਲਬਾਤ ਹੋਈ? ਹਾਂ ਜੀ, ਉਹ ਉੱਥੇ ਹੀ ਕਹਿੰਦੇ ਨੇ ਵੀ ਉੱਥੇ ਹੀ ਕਰਨਾ ਜੀ।